ਜੇਕਰ ਆਪਾਂ ਅੱਜ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਬੱਚਿਆਂ ਦੇ ਰਾਈਟਿੰਗ ਮੋਡਿਊਲ ਦੇ ਵਿੱਚੋਂ ਜਸਟ 5.5% ਰਹਿ ਰਹੇ ਆ, ਬਾਕੀ ਸਾਰਿਆਂ ਦੇ ਵਿੱਚੋਂ 6-8, ਬਟ ਰਾਈਟਿੰਗ ਦੇ ਵਿੱਚੋਂ ਉਹਨਾਂ ਦੇ 5.5%। ਜਦੋਂ ਉਹ EOR ਫਿਲ ਕਰਦੇ ਆ, ਜਦੋਂ ਉਹ ਇਵੈਲੂਏਸ਼ਨ ਭਰਦੇ ਆ, ਦੈਨ ਉਹਨਾਂ ਦੇ 10,000 rupees ਫਿਰ ਵੀ ਵੇਸਟ ਜਾਂਦਾ ਵੈ, ਬਿਕੋਜ਼ ਉਹਨਾਂ ਨੇ ਕੁਝ ਨਾ ਕੁਝ ਕੰਪਲੈਕਸ ਸਟਰਕਚਰ ਨਹੀਂ ਲਿਖੇ ਹੁੰਦੇ ਕਿ ਕੋਈ ਉਹਨਾਂ ਨੇ ਇੰਟਰੋ, ਕੋਈ ਉਹਨਾਂ ਨੇ ਕੰਕਲੂਜਨ ਵਧੀਆ ਨਹੀਂ ਬਣਾਇਆ ਹੁੰਦਾ ਗਾ। ਦੈਟਸ ਵਾਈ ਉਹਨਾਂ ਦਾ 1 or 1.5% ਇਨਕਰੀਜ਼ ਨਹੀਂ ਹੁੰਦਾ ਗਾ ਤੇ ਉਹਨਾਂ ਦਾ 10,000 ਵੇਸਟ ਚਲਾ ਜਾਂਦਾ ਵੈ। ਗਾਈਸ, ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਫਸਟ ਇੰਪਰੈਸ਼ਨ ਇਜ਼ ਦਾ ਲਾਸਟ ਇੰਪਰੈਸ਼ਨ ਕਿੱਦਾਂ ਗੁੱਡ ਕਰ ਸਕਦੇ ਹੋ ਆਪਣੇ ਰਾਈਟਿੰਗ ਮੋਡਿਊਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਸਟ ਇੰਟਰੋ ਬਣਾਉਣਾ ਦੱਸਾਂਗੀ ਕਿ ਤੁਸੀਂ ਸਟਾਰਟਿੰਗ ਤੋਂ ਆਪਣੀ ਇੰਟਰੋ ਕਿੱਦਾਂ ਬਣਾ ਸਕਦੇ ਹੋ ਵਿਦ ਦ ਹੈਲਪ ਆਫ ਕੰਪਲੈਕਸ ਸਟਰਕਚਰ, ਐਂਡ ਇਨ ਦਿਸ ਵੇ ਯੂ ਕੈਨ ਈਜ਼ੀਲੀ ਗੈਟ ਮੋਰ ਦੈਨ 6+ band ਸਕੋਰ, ਲਾਈਕ 6.57 ਤਾਂ ਤੁਸੀਂ ਆਫਕੋਰਸ ਲੈ ਸਕਦੇ ਹੋ ਜੇਕਰ ਤੁਹਾਡੇ ਰੀਜ਼ਨ ਸਟਰੋਂਗ ਹੋਣਗੇ, ਤੁਸੀਂ ਵਧੀਆ ਕੰਪਲੈਕਸ ਸਟਰਕਚਰ BP1, BP2 ਐਂਡ ਕੰਕਲੂਜਨ ਪਲੱਸ ਵੋਕੈਬੀ ਯੂਜ ਕੀਤੀ ਹੋਏਗੀ। ਠੀਕ ਹੈ, ਦੈਨ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਕਿ ਆਪਾਂ ਇੰਟਰੋ ਦੇ ਵਿੱਚ ਸਟਾਰਟਿੰਗ ਦੇ ਵਿੱਚ ਕਿਹੜੇ ਕੰਪਲੈਕਸ ਸਟਰਕਚਰ ਯੂਜ਼ ਕਰ ਸਕਦੇ ਹਾਂ, ਕਿਉਂਕਿ ਬੜੇ ਬੱਚੇ ਲਿਖਦੇ ਆ ਸਮ ਪੀਪਲ ਸੇ, ਸਮ ਪੀਪਲ ਆਰਗਿਊ, ਸਮ ਪੀਪਲ ਕੰਕਰ ਦੈਟ। ਨੋ, ਇੱਦਾਂ ਤੁਹਾਡੇ ਬੈਂਡ ਸਕੋਰ ਨਹੀਂ ਆਉਣੇ। ਸੋ ਪਲੀਜ਼ ਇਸ ਮੈਥਡ ਨੂੰ ਅਵੋਇਡ ਕਰੋ ਤੇ ਨਵਾਂ ਮੈਥਡ ਸਿੱਖੋ ਤਾਂ ਕਿ ਤੁਹਾਨੂੰ 10,000 ਵੈਲੂਏਸ਼ਨ ਭਰਨ ਦੀ ਨੀਡ ਪਵੇ ਨਾ। ਸੋ ਵਾਚ ਦਿਸ ਵੀਡੀਓ ਟਿਲ ਐਂਡ, ਵੀਡੀਓ ਵਧੀਆ ਲੱਗੇ ਇਸ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਐਂਡ join my channel on telegram Ahels with Sophia to get the latest material plus cambridge book 17 pdf। okay guys, watch this video till end। cambridge book 17 already uploaded hai mere channel de utte, telegram te name ki hega mere channel da Ahels with Sophia, tusi edda hi type karna hai, tade samne aa jayega। ਠੀਕ ਹੈ, ਸਾਰੇ ਲੈਟਰਸ ਕੈਪੀਟਲ ਹੋਣੇ ਚਾਹੀਦੇ ਆ, ਵਿੱਚ ਸਪੇਸ ਹੋਵੇ। ਕੈਂਬਰਿਜ ਬੁੱਕ 17 ਦਾ PDF ਪਲੱਸ ਆਡੀਓ ਤੁਹਾਨੂੰ ਮਿਲ ਜਾਵੇਗੀ। ਠੀਕ ਹੈ ਗਾਈਸ, ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ ਕਿ ਰਾਈਟਿੰਗ ਦੇ ਸਟਾਰਟਿੰਗ ਪਾਰਟ ਇੰਟਰੋ ਤੁਸੀਂ ਕਿੱਦਾਂ ਕਰ ਸਕਦੇ ਹੋ ਆਪਣਾ ਵਧੀਆ। ਤਾਂ ਮੈਨੂੰ ਵਰਕ ਨਹੀਂ ਕਰ ਰਿਹਾ। ਇੰਟਰੋ ਨੂੰ ਤੁਸੀਂ ਸਟਾਰਟਿੰਗ 'ਤੇ ਕਰ ਸਕਦੇ ਹੋ ਆਪਣਾ ਜੀਰੰਡ 'ਤੇ, ਲਾਈਕ ਵਰਬ ਦੀ ਫਸਟ ਫੋਰਮ ਪਲੱਸ ING। ਠੀਕ ਹੈ, ਲਾਈਕ ਲਰਨਿੰਗ, extra activities, ठीक है, playing, learning international language, ठीक है, कुछ भी तुसी बना सकते हो। sentence बना के दसा ओदी अलग वीडियो होएगी, कमेंट बॉक्स के दसोगे, then I will provide you, definitely it's my promise with you। अज की वीडियो के मैं तुहानू जस्ट 2-3 ਗੱਲਾਂ ਦੱਸਾਂਗੀ ਕਿ ਤੁਸੀਂ ਤਾਂ ਆਪਣੀ ਇੰਟਰੋ ਨੂੰ ਕਿੱਦਾਂ ਇੰਪਰੂਵ ਕਰ ਸਕਦੇ ਹੋ। ਠੀਕ ਹੈ, ਪਹਿਲਾਂ ਗੱਲਾਂ ਦਾ ਪਤਾ ਹੋਵੇ, ਸੈਂਟੈਂਸ ਆਪਾਂ ਅਗਲੀ ਵੀਡੀਓ ਦੇ ਵਿੱਚ ਸੀ। ਪਲੈਕਸ, ਕੰਪਲੈਕਸ ਕਿੱਦਾਂ, ਸੀਨਸ ਲਾ ਕੇ, ਵਾਈਲ ਲਾ ਕੇ, ਵੇਅਰ ਐਜ, ਵਿਲਸਟ ਲਾ ਕੇ। ਠੀਕ ਹੈ, ਥਰਡ ਦੇ ਵਿੱਚ ਪੈਸਿਵ, ਪੈਸਿਵ ਕਿਹਨੂੰ ਤੁਸੀਂ ਕਹਿ ਦਿੰਦੇ ਹੋ, ਓਬਜੈਕਟ, ਹੈਲਪਿੰਗ ਵਰਬ ਪਲੱਸ ਵਰਬ ਦੀ ਥਰਡ ਫੋਰਮ ਪਲੱਸ ਬਾਏ ਪਲੱਸ ਸਬਜੈਕਟ ਇਜ਼ MR। ਠੀਕ ਹੈ, ਸਮਝ ਲੱਗ ਗਈ, ਕਲੀਅਰ ਹੈ। ਇੱਕ ਬੱਚੇ ਸੈਂਟੈਂਸ ਬਣਾਉਂਦੇ ਹੈ ਸੀਨਸ ਲਾ ਕੇ, ਇਟਸ ਅ ਵੈਰੀ ਸਟਰੋਂਗ ਸਟਰਕਚਰ। ਠੀਕ ਹੈ, ਇੱਕ ਬਣਾਇਆ ਜਾਂਦਾ ਵੈ ਇੰਟਰੋ ਦੇ ਵਿੱਚ ਰਿਗਾਰਡਲੈਸ, ਇੱਕ ਬਣਾਇਆ ਜਾਂਦਾ ਵੈ ਇਨਸਪਾਈਟ, ਇੱਕ ਬਣਾਇਆ ਜਾਂਦਾ ਡਿਸਪਾਈਟ। ਠੀਕ ਹੈ, ਹੁਣ ਇੰਨਾ ਕਿਸੇ ਵੀ ਚੀਜ਼ ਦੇ ਵਿੱਚ ਪ੍ਰੋਬਲਮ ਹੈ, ਕਮੈਂਟ ਬੋਕਸ ਦੇ ਵਿੱਚ ਤੁਸੀਂ ਮੈਨੂੰ ਦੱਸ ਸਕਦੇ ਹੋ। ਜਿਹੜੇ ਸਟਰਕਚਰ ਦੇ ਵਿੱਚ ਪ੍ਰੋਬਲਮ ਹੈ, 7 ਸਟਰਕਚਰ ਦੱਸੇ ਹੈ, 7 ਦੇ 7 ਸਟਰਕਚਰ ਮੈਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੀ। ਆਲ 7 ਸਟਰਕਚਰਸ ਆਈ ਵਿਲ ਡੂ, ਬਟ ਦੈਨ ਯੂ ਵਿਲ ਸ਼ੇਅਰ ਮਾਈ ਵੀਡੀਓ ਮੋਰ ਐਂਡ ਮੋਰ। ਠੀਕ ਹੈ, ਜਦੋਂ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ, ਦੈਨ ਹੀ ਮੈਂ ਤੁਹਾਡੇ ਨਾਲ ਇਹ ਵਾਲੀ ਸਟਰਕਚਰ 7 ਅਪਲੋਡ ਕਰਾਂਗੀ। ਐਂਡ ਵਨ ਮੋਰ ਥਿੰਗ, ਇਹ ਵਾਲੀ ਜਸਟ 7 ਸਟਰਕਚਰ ਹੀ ਤੁਹਾਡੇ ਬੈਂਡ ਸਕੋਰ ਅਪ ਲੈ ਕੇ ਜਾ ਸਕਦੇ ਆ। ਸੋ ਇਸ ਵੀਡੀਓ ਨੂੰ ਸ਼ੇਅਰ ਕਰਨਾ 7 ਸਟਰਕਚਰਸ ਨੂੰ ਜਾਣਨ ਦੇ ਲਈ। ਗਾਈਸ, ਇਹ ਮੇਰੀ ਕੰਡੀਸ਼ਨ ਨਹੀਂ ਹੈ ਤੁਹਾਡੇ ਅੱਗੇ, ਇਹ ਤੁਹਾਡੇ ਫਰੈਂਡਸ ਦਾ ਬੈਨੀਫਿਟ ਹੀ ਹੈ। ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਫਰੈਂਡਸ ਦੀ ਹੀ ਹੈਲਪ ਕਰ ਰਹੇ ਹੋ, ਮੇਰੀ ਕੋਈ ਹੈਲਪ ਨਹੀਂ ਕਰ ਰਹੇ। ਸੋ ਸਟੇ ਕਨੈਕਟਡ ਆਲਸ ਵਿਦ ਸੋਫੀਆ, ਸ਼ੇਅਰ ਦਿਸ ਚੈਨਲ ਮੋਰ ਐਂਡ ਮੋਰ। ਐਂਡ ਵਨ ਮੋਰ ਥਿੰਗ, ਨੈਕਸਟ ਡੇ
get the video of listening module, how you can improve your listening module, ठीक है, especially MCQ, ठीक है. Okay guys, God bless you, but don't forget to join my channel on Telegram for getting the PDF of Cambridge 17 IELTS with Sophia. Okay guys, Jesus bless you.